ਅੱਜ ਕੱਲ੍ਹ ਅਸੀਂ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਸਾਰੇ ਕਿਤੇ ਬਹੁਤ ਸਾਰੇ ਲੋਕਾਂ ਨੂੰ ਦੇਖ ਰਹੇ ਹਾਂ ਜਿਹੜੇ ਤੁਹਾਨੂੰ ਬਹੁਤ ਛੇਤੀ ਪੈਸਾ ਕਮਾਉਣ ਦੇ ਜਿਹੜੇ ਤਰੀਕੇ ਦੱਸਦੇ ਨੇ। ਪੈਸੇ ਦਾ ਇੱਕ ਰੂਲ ਸਮਝ ਲਓ ਕਿ ਪੈਸਾ ਉੱਥੇ ਬਹੁਤਾ ਜ਼ਿਆਦਾ ਕਮਾਇਆ ਜਾ ਸਕਦਾ ਜਿੱਥੇ ਬਹੁਤ ਜ਼ਿਆਦਾ ਰਿਸਕ ਹੋਵੇ। ਜੇ ਰਿਸਕ ਘੱਟ ਹੈ ਤਾਂ ਉਹਦੀ ਆਮਦਨ ਵੀ ਘੱਟ ਹੋਊ, ਜੇ ਰਿਸਕ ਬਹੁਤ ਜ਼ਿਆਦਾ ਆ ਤਾਂ ਉਹਦੀ ਆਮਦਨ ਜ਼ਿਆਦਾ ਹੋਊ। ਹੁਣ ਇਹ ਤੁਸੀਂ ਦੇਖਣਾ ਕਿ ਤੁਸੀਂ ਕਿੰਨਾ ਕੁ ਪੈਸਾ ਜਿਹੜਾ ਗਵਾਉਣ ਵਾਸਤੇ ਤਿਆਰ ਹੋ। ਜੇ ਤੁਹਾਡੇ ਕੋਲ ਉਹੀ ਸਾਰੀ ਮਨੀ ਹੈ ਜਿਹੜੀ ਤੁਸੀਂ ਰਿਸਕ ਦੇ ਵਿੱਚ ਪਾ ਰਹੇ ਹੋ ਤਾਂ ਇੱਕ ਦਿਨ ਇਹੋ ਜਿਹਾ ਵੀ ਆ ਸਕਦਾ ਕਿ ਤੁਸੀਂ ਉਹ ਸਾਰੀ ਗਵਾ ਲਓ ਅਤੇ ਤੁਹਾਡੇ ਜੀਵਨ ਜਿਉਣ ਵਾਸਤੇ ਵੀ ਤੁਹਾਡੇ ਕੋਲ ਪੈਸਾ ਨਾ ਹੋਵੇ। ਕਿਉਂਕਿ ਕੋਈ ਵੀ ਬੰਦਾ ਜਿਹੜਾ ਤੁਹਾਨੂੰ ਕੋਈ ਗੁਰ ਦੱਸ ਰਿਹਾ, ਕੋਈ ਫੀਸ ਲੈ ਰਿਹਾ, ਕੋਰਸ ਵੇਚ ਰਿਹਾ, ਉਹ ਕਦੇ ਵੀ ਉਹਦਾ ਰਿਸਕ ਪਾਰਟ ਨਹੀਂ ਦੱਸਦਾ। ਅਤੇ ਬਹੁਤੇ ਲੋਕ ਤਾਂ ਇੱਥੇ ਇਹੋ ਜਿਹੇ ਨੇ ਜਿਹੜੇ ਫੀਸਾਂ ਦੇ ਸਿਰ 'ਤੇ ਹੀ ਬਣੇ ਬੈਠੇ ਨੇਗੇ। ਪੈਸਾ ਬਣ ਸਕਦਾ, ਬਹੁਤ ਸਾਰੇ ਤਰੀਕੇ ਨੇ ਜਿਨ੍ਹਾਂ ਨਾਲ ਬਣ ਸਕਦਾ, ਪਰ ਸਮਾਂ ਲੱਗਦਾ ਹਰੇਕ ਚੀਜ਼ ਨੂੰ। ਸਾਨੂੰ ਬਹੁਤੇ ਕਾਹਲੇ ਨਹੀਂ ਹੋਣਾ ਚਾਹੀਦਾ। ਜੇ ਤੁਹਾਨੂੰ ਬਹੁਤ ਜ਼ਿਆਦਾ ਕਾਹਲ ਹੈ ਨਾ ਤਾਂ ਤੁਹਾਡੇ ਨਾਲ ਬਹੁਤ ਵੱਡਾ ਰਿਸਕ ਜੁੜਿਆ ਹੋਇਆ, ਤਾਂ ਕਿਰਪਾ ਕਰਕੇ ਆਪਣੇ ਆਪ ਨੂੰ ਅਤੇ ਆਪਣੀ ਫੈਮਿਲੀ ਨੂੰ ਬਹੁਤੇ ਰਿਸਕ ਦੇ ਵਿੱਚ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਥੋੜ੍ਹਾ ਜਿਹਾ ਸੰਜਮ ਵਰਤੋ ਅਤੇ ਚੀਜ਼ਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰੋ। ਉਮੀਦ ਹੈ ਗੱਲ ਚੰਗੀ ਲੱਗੀ ਹੋਊਗੀ।